मोगा के बाघा पुराना में इलेक्ट्रॉनिक से सामान रिपेयर करने वाली दुकान में भयानक आग लग गई। मौके पर पहुंची फायर ब्रिगेड की गाड़ियों ने आग पर काबू पाया। बताया जा रहा है कि दुकान में रखी गैस सिलेंडर में भी ब्लास्ट हुआ था। दुकान मालिक के ने बताया कि सुबह दुकान खोलने के बाद ये बड़ा हादसा हुआ है। इस हादसे में दुकान के अंदर बड़ा 4 से 5 लाख रुपये का सामान भी जलकर राख हो गया है। ਅੱਗ ਕਦੋਂ ਲੱਗੀ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਅੱਗ ਲੱਗੀ ਮੁੰਡਾ ਦੁਕਾਨ ਖੋਲ ਕੇ ਅਜੇ ਬਾਜ਼ਾਰ ਗਿਆ ਸੀਗਾ ਪਤਾ ਹੀ ਲੱਗਿਆ ਵੀ ਕਿ ਲੱਗ ਗਿਆ ਕੀ ਕੋਈ ਸਮਾਨ ਪਿਆ ਸੀ ਦੁਕਾਨ ਦੇ ਅੰਦਰ ਹੀ ਸਮਾਨ ਏਸੀ ਵਗੈਰਾ ਸੀਗੇ ਐਲਈਡੀਆਂ ਸੀਗੀਆਂ ਹੋਰ ਰਿਪੇਅਰਿੰਗ ਦਾ ਸਮਾਨ ਸੀਗਾ ਇਹਨਾਂ ਕਰਕੇ ਮੋਗਾ ਰੋਡ ਤੇ ਅੱਗ ਲੱਗ ਗਿਆ ਸੀ ਜਾਨ ਸਾਹਮਣੇ ਤੇ ਮੈਂ ਨਾਲ ਦੀ ਨਾਲ ਹੀ ਗੁਰਪ੍ਰੀਤ ਆਪਣੇ ਇੰਚਾਰਜ ਜਿਹੜੇ ਫਾਇਰ ਬ੍ਰਿਗੇਡ ਦੇ ਉਹਨਾਂ ਨੂੰ ਫੋਨ ਲਾਇਆ ਉਹ ਤੁਰੰਤ ਹੀ ਉੱਥੇ ਗੱਡੀ ਲੈ ਕੇ ਇੱਥੇ ਆ ਗਏ ਅੱਗ ਤੇ ਕਾਬੂ ਪਾਇਆ ਗਿਆ ਬਾਕੀ ਇਹਦੇ ਵਿੱਚ ਸਿਲੰਡਰ ਸੀਗੇ ਉਹ ਜਾਨੀ ਮਾਨੀ ਨੁਕਸਾਨ ਤੋਂ ਬਚਿਆ 3 ਸਿਲੰਡਰ ਦੀ ਇੱਥੇ ਵਿੱਚ ਫਟੇ ਆ 3 ਸਿਲੰਡਰ ਉਹਦੇ ਨਾਲ ਜਾਨੀ ਮਾਨੀ ਨੁਕਸਾਨ ਬਚ ਗਿਆ ਇਹ ਸਾਨੂੰ ਜੀ 10:07 ਤੇ ਕਾਲ ਆਈ ਹੈ ਮੈਨੂੰ MLA ਦਫ਼ਤਰੋਂ ਜੀ ਵੀ ਇੱਥੇ ਮੋਗਾ ਰੋਡ ਤੇ ਕੋਈ ਦੁਕਾਨ ਉਹਨੂੰ ਅੱਗ ਲੱਗੀ ਮੈਨੂੰ ਨਹੀਂ ਪਤਾ ਸੀ ਵੀ ਦੁਕਾਨ ਕਾਹਦੀ ਹੈ ਜੀ ਜਦੋਂ ਮੈਂ ਆ ਕੇ ਇੱਥੇ ਚੈੱਕ ਕੀਤੀ ਤਾਂ ਰਿਪੇਅਰਿੰਗ ਦੀ ਦੁਕਾਨ ਸੀਗੀ ਫ੍ਰਿਜ ਐਂਡ ਏਸੀ ਵਗੈਰਾ ਰਿਪੇਅਰਿੰਗ ਦੀ ਗੀਜ਼ਰ ਵਗੈਰਾ ਰਿਪੇਅਰਿੰਗ ਹੁੰਦੀ ਆ ਇਹਦੇ ਵਿੱਚ 2-3 ਸਿਲੰਡਰ ਪਏ ਸੀ ਉਹ ਵੀ ਫਟੇ ਆ ਬਹੁਤ ਜ਼ੋਰਦਾਰ ਧਮਾਕਾ ਹੋਇਆ ਜੀ ਇਹਨੂੰ ਮੋਗਾ ਫਾਇਰ ਬ੍ਰਿਗੇਡ ਨੇ ਆ ਕੇ ਕੰਟਰੋਲ ਕੀਤਾ ਜੀ ਇੱਕ ਗੱਡੀ ਸਾਡਾ ਨਿਹਾਲ ਸਿੰਘ ਵਾਲੇ ਲਾਈ ਹੋਈ ਸੀ ਮੈਂ ਉਹਨੂੰ ਵਾਪਸ ਬੁਲਾਇਆ ਉਹਦੇ ਕਰਕੇ ਆ ਕੇ ਕੰਟਰੋਲ